ਉਹਨਾਂ ਨੇ ਪਹਿਲਾਂ ਤੀਆਂ ਮਾਰੀਆਂ ਤੀਆਂ ਮਾਰ ਕੇ ਫਿਰ ਉਹਨੇ ਗੱਡੀ ਹਾਸੀ ਸਲੋ ਕਰ ਲਈ ਵੀ ਸਾਈਡ ਦੇ ਦਿੰਦੇ ਆ ਉਹਨੇ ਆ ਕੇ ਵਿੱਚ ਗੱਡੀ ਮਾਰੀ ਇਹ ਦੇਖਣ ਲੱਗੇ ਸਾਡੀ ਸ਼ੀਸ਼ੇ ਦਾ ਗੱਡੀ ਦਾ ਸ਼ੀਸ਼ਾ ਨਹੀਂ ਉੱਤਰਦੇ ਸੀ ਇਹ ਟਾਕੀ ਖੋਲ ਲਈ ਇਹਨਾਂ ਨੇ ਕਹਿੰਦੇ ਟਾਕੀ ਖੋਲ ਕੇ ਦੇਖਾ ਵੀ ਕੌਣ ਹੈ ਕੀ ਮਾਰ ਰਿਹਾ ਗਾ ਬਸ ਟਾਕੀ ਵੀ ਖੋਲਣ ਦਿੱਤੀ ਜਦੀ ਮਾਰਦੇ ਗੋਲੀਆਂ ਕੋਈ ਪਹਿਚਾਣ ਹੋਈ ਸੀ ਬੰਦਾ ਕੌਣ ਸੀ ਕੌਣ ਹੈ ਮੈਨੂੰ ਨਹੀਂ ਪਤਾ ਪਰ ਮੈਂ ਸ਼ਕਲ ਦੇਖੀ ਹੈ ਉਹਦੀ ਉਹ ਮੈਨੂੰ ਵੀ ਮਾਰਨ ਨੂੰ ਫਿਰਦਾ ਸੀ ਗਈ ਮੋਟਰਸਾਈਕਲ ਗੱਡੀ ਆ ਗਈ ਫਿਰ ਭੱਜ ਗਿਆ ਵੀ ਪੂਰਾ ਪਿੰਡ ਗਣੀ ਆ ਗਈ ਗੱਡੀ ਲੰਘ ਗਈ ਫਿਰ ਉਹ ਆ ਗਿਆ ਮੈਂ ਉਹਨੂੰ ਹੱਥ ਕਰਦੇ ਆਈ ਮੈਨੂੰ ਨਹੀਂ ਪਤਾ ਸੀ ਵੀ ਉਹੀ ਹੈ ਹਨੇਰੇ 'ਚ ਦਿਸਿਆ ਨਹੀਂ ਉਹ ਫਿਰ ਮੈਨੂੰ ਕਹਿੰਦਾ ਤੈਨੂੰ ਮਾਰੂੰਗਾ ਮੈਂ ਭੱਜ ਕੇ ਜਾ ਕੇ ਗੱਡੀ 'ਚ ਲੋਕ ਕਰ ਲਈ ਫਿਰ ਮੋਟਰਸਾਈਕਲ ਸਾਡੇ ਪਿੰਡ ਦਾ ਮੁੰਡਾ ਆ ਗਈ ਉਹਨੂੰ ਮੈਂ ਕਿਹਾ ਵੀ ਰੁਕ ਜਾ ਜਾਈ ਨਾ ਉਦੋਂ ਦੇਖ ਕੇ ਫਿਰ ਭੱਜ ਗਈ ਟੋਪੀ ਲੈਂਦਾ ਸੀ ਇਹਨਾਂ ਵਰਗੇ ਹੀ ਸੀ ਗਈ ਤੁਹਾਨੂੰ ਕੀ ਲੱਗਦਾ ਕੋਈ ਲੁੱਟ ਲੱਟ ਕੇ ਨਹੀਂ ਲੁੱਟ ਵਾਲਾ ਤਾਂ ਹੈ ਨਹੀਂ ਕਰੀ ਲੁੱਟ ਕੇ ਤਾਂ ਪਹਿਲਾਂ ਉਹਨਾਂ ਨੇ ਗੋਲੀ ਮਾਰੀ ਹੈ ਲੁੱਟ ਵਾਲਾ ਗੋਲੀ ਨਹੀਂ ਮਾਰਦਾ ਉੱਥੇ ਬੰਦ ਕਰਕੇ ਦੁਕਾਨ ਆ ਰਹੇ ਭੀੜ 'ਚ ਆ ਗਏ ਸੀ ਅਸੀਂ ਉਹਨਾਂ ਨੇ ਪਹਿਲਾਂ ਤੀਆਂ ਮਾਰੀਆਂ ਤੀਆਂ ਮਾਰ ਕੇ ਫਿਰ ਉਹਨੇ ਗੱਡੀ ਹਾਸੀ ਸਲੋ ਕਰ ਲਈ ਵੀ ਸਾਈਡ ਦੇ ਦਿੰਦੇ ਆ ਉਹਨੇ ਆ ਕੇ ਵਿੱਚ ਗੱਡੀ ਮਾਰੀ ਨਾ ਮੋਟਰਸਾਈਕਲ ਮਾਰਿਆ ਜੀ ਇਹ ਦੇਖਣ ਲੱਗੇ ਸਾਡੀ ਸ਼ੀਸ਼ੇ ਦਾ ਗੱਡੀ ਦਾ ਸ਼ੀਸ਼ਾ ਨਹੀਂ ਉੱਤਰਦੇ ਸੀ ਇਹ ਟਾਕੀ ਖੋਲ ਲਈ ਇਹਨਾਂ ਨੇ ਕਹਿੰਦੇ ਟਾਕੀ ਖੋਲ ਕੇ ਦੇਖਾ ਵੀ ਕੌਣ ਹੈ ਕੀ ਮਾਰ ਰਿਹਾ ਗਾ ਬਸ ਟਾਕੀ ਵੀ ਖੋਲਣ ਦਿੱਤੀ ਜਦੀ ਮਾਰਦੇ ਗੋਲੀਆਂ ਕੋਈ ਪਹਿਚਾਣ ਹੋਈ ਸੀ ਬੰਦਾ ਕੌਣ ਸੀ ਕੌਣ ਹੈ ਮੈਨੂੰ ਨਹੀਂ ਪਤਾ ਪਰ ਮੈਂ ਸ਼ਕਲ ਦੇਖੀ ਹੈ ਉਹਦੀ ਉਹ ਮੈਨੂੰ ਵੀ ਮਾਰਨ ਨੂੰ ਫਿਰਦਾ ਸੀ ਗਈ ਮੋਟਰਸਾਈਕਲ ਗੱਡੀ ਆ ਗਈ ਫਿਰ ਭੱਜ ਗਿਆ ਵੀ ਪੂਰਾ ਪਿੰਡ ਗਣੀ ਆ ਗਈ ਗੱਡੀ ਲੰਘ ਗਈ ਫਿਰ ਉਹ ਆ ਗਿਆ ਮੈਂ ਉਹਨੂੰ ਹੱਥ ਕਰਦੇ ਆਈ ਮੈਨੂੰ ਨਹੀਂ ਪਤਾ ਸੀ ਵੀ ਉਹੀ ਹਨੇਰੇ 'ਚ ਦਿਸਿਆ ਨਹੀਂ ਉਹ ਫਿਰ ਮੈਨੂੰ ਕਹਿੰਦਾ ਤੈਨੂੰ ਮਾਰੂੰਗਾ ਮੈਂ ਭੱਜ ਕੇ ਜਾ ਕੇ ਗੱਡੀ 'ਚ ਲੋਕ ਕਰ ਲਈ ਫਿਰ ਮੋਟਰਸਾਈਕਲ ਸਾਡੇ ਪਿੰਡ ਦਾ ਮੁੰਡਾ ਆ ਗਈ ਉਹਨੂੰ ਮੈਂ ਕਿਹਾ ਵੀ ਰੁਕ ਜਾ ਜਾਈ ਨਾ ਉਦੋਂ ਦੇਖ ਕੇ ਫਿਰ ਭੱਜ ਗਈ ਉਹ ਕੌਣ ਸੀ ਗਈ ਟੋਪੀ ਲੈਂਦਾ ਸੀ ਇਹਨਾਂ ਵਰਗਾ ਹੀ ਸੀ ਗਈ ਤੁਹਾਨੂੰ ਕੀ ਲੱਗਦਾ ਕੋਈ ਲੁੱਟ ਲੱਟ ਕੇ ਨਹੀਂ ਲੁੱਟ ਵਾਲਾ ਤਾਂ ਹੈ ਨਹੀਂ ਕਈ ਲੁੱਟ ਕੇ ਤਾਂ ਪਹਿਲਾਂ ਉਹਨਾਂ ਨੇ ਗੋਲੀ ਮਾਰੀ ਹੈ ਲੁੱਟ ਵਾਲਾ ਗੋਲੀ ਨਹੀਂ ਮਾਰਦਾ ਸੀ ਕੋਈ ਦਿੱਦ ਵੈਸੀ ਕੱਢੀ ਉਹਨੇ ਮੇਰੇ ਬਰਦਰ ਮੇਰਾ ਕੰਮ ਤੋਂ ਆ ਰਿਹਾ ਸੀ ਸਨੌਰ ਤੋਂ ਅਤੇ ਰਸਤੇ 'ਚ ਕਣਕ ਛੱਤੇ ਬੰਤੇ ਨੇ ਆ ਕੇ ਉਹਨੂੰ ਫਾਇਰ ਕਰਕੇ ਉਹਦੀ ਗੋਲੀ ਮਾਰ ਕੇ ਉਹਦੀ ਡੈਥ ਕਰਤੀ ਜੀ ਅਤੇ ਮੌਕੇ 'ਤੇ ਕੋਈ ਥੋੜ੍ਹਾ ਬਹੁਤ ਸਮਾਨ ਵੀ ਲੈ ਕੇ ਗਿਆ ਜੀ ਅਤੇ ਮੌਕੇ ਤੋਂ ਉਹ ਫਰਾਰ ਹੋ ਗਿਆ ਨਹੀਂ ਜੀ ਬੰਦੇ ਦਾ ਪਤਾ ਨਹੀਂ ਜੀ ਮੌਕੇ ਤੋਂ ਹੀ ਮਤਲਬ ਉਹ ਫਰਾਰ ਹੋ ਗਿਆ ਜੀ ਉੱਥੋਂ ਰਸਤੇ 'ਚ ਇੱਕ ਦੋ ਮੋਟਰਸਾਈਕਲ ਕੋਈ ਰੰਜਿਸ਼ ਵਗੈਰਾ ਕਿਸੇ ਨਾਲ ਨਹੀਂ ਰੰਜਿਸ਼ ਤਾਂ ਜੀ ਕੋਈ ਹੈ ਨਹੀਂ ਸੀ ਇਹਦੀ ਕੋਈ ਆਪਣੇ ਕੰਮ 'ਤੇ ਜਾਂਦਾ ਸੀ ਮੋਬਾਈਲਾਂ ਦਾ ਕੰਮ ਸੀ ਇੱਥੇ ਸਨੌਰ ਦੁਕਾਨ ਸ਼ੌਪ ਸੀ ਇਹਦੀ ਬਸ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਸੀ ਕੋਈ ਰੰਜਿਸ਼ ਕੋਈ ਝਗੜਾ ਕੋਈ ਐਸਾ ਵਗੈਰਾ ਹੈ ਨਹੀਂ ਸੀ ਕਹਿੰਦੀ ਸੀ ਮਿਸਿਜ਼ ਨਾਲ ਸੀਗੀ ਹਾਂਜੀ ਮਿਸਿਜ਼ ਨਾਲ ਸੀ ਜੀ ਉਹਨਾਂ ਨੇ ਫਿਰ ਜਦੋਂ ਆਨਸਰ ਪਹਿਲਾਂ ਮੈਂ ਕੋਈ ਗੱਲਬਾਤ ਨਹੀਂ ਕੀਤੀ ਆਨਸਰ ਉਹਨੇ ਪਹਿਲਾਂ ਗੋਲੀਆਂ ਮਾਰ ਕੇ ਇਹਨੂੰ ਮਾਰਤਾ ਜੀ ਅਤੇ ਫਿਰ ਉਹਦੇ ਮਿਸਿਜ਼ ਤੋਂ ਵੀ ਕੁਝ ਸਮਾਨ ਵਗੈਰਾ ਲਿਆ ਅਤੇ ਫਿਰ ਉਹਨੂੰ ਵੀ ਮਾਰਨ ਲੱਗੇ ਜਿਹਦੇ ਫਿਰ ਜਦੋਂ ਲੋਕ ਉੱਥੇ ਇਕੱਠੇ ਹੋਏ ਤਾਂ ਫਿਰ ਉਹ ਮੌਕੇ ਤੋਂ ਭੱਜ ਗਏ ਫਰਾਰ ਹੋ ਗਏ ਤਾਂ ਜੀ ਇਹੀ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਬਹੁਤ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਵੱਧ ਤੋਂ ਵੱਧ ਜਿਹੜਾ ਕਾਤਲ ਹੈ ਵੱਧ ਤੋਂ ਵੱਧ ਫੜਿਆ ਜਾਵੇ ਇਨਸਾਫ ਮਿਲੇ ਬਹੁਤ ਗਰੀਬ ਪਰਿਵਾਰ ਹੈ ਜੀ ਇੱਕ ਬੱਚੀ ਹੈ ਛੋਟੀ ਜਿਹੀ ਇੱਕ ਦੁਕਾਨ ਦੇ ਸਿਰ ਤੋਂ ਇਹਨਾਂ ਦਾ ਗੁਜ਼ਾਰਾ ਚੱਲਦਾ ਸੀ ਜੀ ਤੇ ਪੁਲਿਸ ਨੂੰ ਜਲਦ ਤੋਂ ਜਲਦ ਕਾਰਵਾਈ ਚਾਹੀਦੀ ਹੈ ਜੇ ਮੁਲਜ਼ਮ ਨੂੰ ਫੜ ਕੇ ਉਹਨੂੰ ਵੱਧ ਤੋਂ ਵੱਧ ਸਜ਼ਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ